ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਦੋਸਤੋ, ਜ਼ਰੂਰੀ ਨਹੀਂ ਹੁੰਦਾ ਵੀ ਜਿਹੜੀ ਆਪਣੀ ਜੰਗ ਚੱਲੀ ਜਾਂਦੀ ਹੈ ਅਤੇ ਮੈਨੂੰ ਉਹਦੀ ਪੂਰੀ ਜਾਣਕਾਰੀ ਹੋਵੇ, ਪਰ ਆਪਣਾ ਸਾਰਾ ਭਾਈਚਾਰਾ ਉਹ ਰਲ ਕੇ ਲੜ ਰਿਹਾ। ਮੈਂ ਜਾਣਕਾਰੀ ਲੈਂਦਾ ਲੈਂਦਾ ਸਮਾਂ ਕਿਤੇ ਬਰਬਾਦ ਨਾ ਕਰ ਲਾਂ ਅਤੇ ਉਦੋਂ ਪਹਿਲਾਂ ਮੈਂ ਆਪਦਾ ਬਣਦਾ ਯੋਗਦਾਨ ਪਾ ਦਿਆਂ, ਬਸ ਮੇਰੇ ਲਈ ਇੰਨਾ ਹੀ ਸੁਭਾਗ ਹੈ। ਸੋ ਜੇ ਆਪਾਂ ਇਤਿਹਾਸ 'ਚ ਜਾਈਏ ਨਾ, ਪਿੱਛੇ ਜਾਈਏ, ਜੇ ਅੰਦੋਲਨਾਂ ਦੇ ਫੇਲ ਹੋਣ ਦਾ ਕਾਰਨ ਕੀ ਹੈ, ਆਪਾਂ ਆਪਣੇ ਬੱਚਿਆਂ ਨੂੰ ਅੰਦੋਲਨ ਦਾ ਹਿੱਸਾ ਨਹੀਂ ਬਣਾਉਂਦੇ। ਤੁਸੀਂ ਪਿੱਛੇ ਚਲੇ ਜਾਓ, ਇਤਿਹਾਸ 'ਚ ਚਲੇ ਜਾਓ, ਫੋਟੋਆਂ ਦੇਖੋਗੇ, ਕਿਉਂਕਿ ਆਪਣਾ ਇਤਿਹਾਸ ਕੋਈ ਉਮਰ ਨਹੀਂ ਇਹਦੇ ਵਿੱਚ। ਮਾਂ ਦੇ ਗਰਭ ਦੇ ਵਿੱਚ ਪਲ ਰਹੇ ਬੱਚੇ ਤੋਂ ਲੈ ਕੇ 100 ਸਾਲ ਦੇ ਬਜ਼ੁਰਗ ਤੱਕ ਦੀਆਂ ਸ਼ਹੀਦੀਆਂ ਆਪਣੀ ਕੌਮ ਨੇ ਦਿੱਤੀਆਂ। ਸੋ ਤਰਾਸਦੀ ਕੀ ਹੈ, ਜਦੋਂ ਵੀ ਕੋਈ ਤੁਸੀਂ ਦੇਖੋਗੇ ਅੰਦੋਲਨ ਹੁੰਦਾ, ਬੱਚੇ ਉਹਨਾਂ ਦਾ ਹਿੱਸਾ ਬਣਦੇ ਆ। ਆਪਾਂ ਨੇਜਿਆਂ ਦੇ ਟੰਗੇ ਵੇਖੇ ਹੈ, ਠੀਕ ਹੈ, ਕੋਹਲੂਆਂ 'ਚ ਪਿੜਦੇ ਦੇਖੇ ਹੈ, ਅਤੇ ਫਿਰ ਆਪਾਂ ਆਪਣਿਆਂ ਨੂੰ ਉਹ ਕਿਉਂ ਨਹੀਂ ਦਿਖਾਉਂਦੇ। ਜੇ ਆਪਾਂ ਲੈ ਕੇ ਇੱਥੇ ਆਵਾਂਗੇ, ਮੰਨ ਲਓ ਕੁਛ ਵੀ ਹੁੰਦਾ, ਜਾ ਕੇ ਦੱਸਾਂਗੇ, ਇਹਨਾਂ ਦੇ ਮਨਾਂ 'ਤੇ ਨਹੀਂ ਉਕਰਿਆ ਜਾਣਾ। ਇੱਥੇ ਇਹ ਖਾ ਕੇ ਜਾਣਗੇ ਤਾਂ ਕੜਕੇ ਜਾਣਗੇ। ਸੋ ਮੇਰਾ ਇੱਕ ਸੁਨੇਹਾ, ਡਰਿਆ ਨਾ ਕਰੋ। ਵਾਰਸ ਕਦੇ ਮਰਦੇ ਨਹੀਂ ਹੁੰਦੇ, ਵਿਰਾਸਤਾਂ ਸੰਭਾਲਦੇ ਹੁੰਦੇ ਨੇ। ਸੋ ਆਪਦੇ ਬੱਚਿਆਂ ਨੂੰ ਕੱਢੋ ਬਾਹਰ, ਉਹਨਾਂ ਨੂੰ ਦੱਸੋ, ਨਹੀਂ ਇੱਕ ਦਿਨ ਆਪਾਂ, ਹਾਂ ਇੰਨਾ ਜ਼ਰੂਰ ਹੈ, ਹੁਣ ਤੁਸੀਂ ਦੇਖ ਲਓ ਪਿਛਲੀਆਂ ਕਿਸਾਨ ਮੋਰਚੇ ਲੱਗ ਰਹੇ ਨੇ, ਸਾਰੇ ਕਿਸਾਨ ਮੋਰਚਿਆਂ ਦੇ ਵਿੱਚ ਆਪਣੇ ਬਜ਼ੁਰਗ ਜਾਂਦੇ ਨੇ। ਆਪਾਂ ਕਦੇ ਵੀ ਹਿੱਸਾ ਬਣੇ ਆ ਨਹੀਂ ਬਣੇ, ਤਾਂ ਹੀ ਆਪਾਂ ਨੂੰ ਅੱਜ ਕੋਈ ਮੂੰਹ ਸਿਰ ਨਹੀਂ ਦਿਸ ਰਿਹਾ। ਅੱਜ ਕਰੀਏ ਤਾਂ ਕਿਹਦੇ ਲੜ ਲੱਗੀਏ, ਆਪਾਂ ਨੂੰ ਨਹੀਂ ਪਤਾ ਆਪਾਂ ਲੜ ਕਿਹਦੇ ਲੱਗਣਾ। ਸੋ ਜਿਹੜੇ ਮੇਰੇ ਵੀਰ, ਮੈਂ 25 ਤਰੀਕ ਨੂੰ ਇੱਥੇ ਆਇਆ ਸੀ, ਜਿਹੜੇ ਮੇਰੇ ਵੀਰਾਂ ਨੇ ਐਸੇ ਸਟੇਜ ਤੋਂ ਖੜ ਕੇ ਸਾਨੂੰ ਸੱਦਿਆ ਸੀ ਅਤੇ ਅਸੀਂ ਵਾਅਦਾ ਕਰਕੇ ਗਏ ਸੀ, ਅੱਜ ਉਹ ਜਿਹੜੇ ਮੈਨੂੰ ਨਹੀਂ ਦਿਸ ਰਹੇ, ਉਹਨਾਂ ਨੂੰ ਮੇਰੀ ਬੇਨਤੀ ਹੈ, ਛੇਤੀ ਨਾਲ ਜਿੰਨੀ ਛੇਤੀ ਹੋ ਸਕਦਾ ਇੱਕ ਝੰਡੇ ਥੱਲੇ ਇਕੱਠੇ ਹੋ ਜਾਓ, ਇਹ ਨਾ ਹੋਵੇ ਕਿ ਬਹੁਤ ਦੇਰ ਹੋ ਜਾਏ। ਸੋ ਦੀਪ ਵੀਰ, ਮੈਂ ਇੱਕ ਗੱਲ ਕਹਿੰਦਾ, ਕੋਈ ਗੱਲ ਨਹੀਂ, ਜੇ ਪਿੱਛੋਂ ਚੱਲ ਰਹੀ ਹੈ ਤਾਂ ਪੂਰਾ ਵੀ ਬਣ ਕੇ ਆਊਗੀ, ਠੀਕ ਹੈ। ਸੋ ਇੰਨੀ ਮੇਰੀ ਬੇਨਤੀ ਹੈ, ਰਲ ਕੇ ਰਹੋ, ਹਾਜ਼ਰੀ ਜ਼ਰੂਰ ਭਰੋ, ਜਿੰਨਾ ਕੁ ਵੀ ਬਣਦਾ ਯੋਗਦਾਨ ਹੈ ਉਹ ਆਪਦਾ ਯੋਗਦਾਨ ਜ਼ਰੂਰ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।